ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਭ ਦਾ ਬੀਨੇਟਿੰਗ ਚੈਨਲ ਤੇ ਅੱਜ ਫੇਰ ਹਾਜ਼ਰਾਂ ਤੁਹਾਡੇ ਲਈ ਬੁਣਤੀ ਦਾ ਬਹੁਤ ਹੀ ਆਸਾਨ ਡਿਜ਼ਾਈਨ ਲੈ ਕੇ ਇਹ ਡਿਜ਼ਾਈਨ ਵੀ ਸਪੈਸ਼ਲ ਪਹਿਣਾ ਦੀ ਕੋਟੀ ਜੈਕਟ ਲਈ ਆ ਆਹ ਵਾਲਾ ਡਿਜ਼ਾਈਨ ਬਣਾਵਾਂਗੇ ਅੱਜ ਆਪਾਂ ਬੜੀ ਆਸਾਨੀ ਨਾਲ ਬਣਨ ਵਾਲਾ ਡਿਜ਼ਾਈਨ ਹੈ ਇਹ ਇਹ ਡਿਜ਼ਾਈਨ ਬਣਾਉਣ ਲਈ ਜਦੋਂ ਵੀ ਆਪਾਂ ਸਲਾਈ ਦੇ ਉੱਪਰ ਕੁੰਡੇ ਲੈਣੇ ਨੇ 4-4 ਦੇ ਹਿਸਾਬ ਨਾਲ ਆਪਾਂ ਕੁੰਡੇ ਲੈ ਲੈਣੇ ਨੇ ਔਰ ਦੋ ਕੁੰਡੇ ਆਪਾਂ ਲੈ ਲਵਾਂਗੇ ਐਕਸਟਰਾ ਤੇ 6 ਸਲਾਈਆਂ ਦਾ ਇਹ ਆਪਣਾ ਡਿਜ਼ਾਈਨ ਆ 6 ਸਲਾਈਆਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੁਣ ਆਪਾਂ ਕਰਦੇ ਆ ਡਿਜ਼ਾਈਨ ਸ਼ੁਰੂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਪ੍ਰੈਸ ਕਰਿਓ ਜੇਕਰ ਤੁਹਾਨੂੰ ਮੇਰਾ ਇਹ ਡਿਜ਼ਾਈਨ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਕਰਦੇ ਆ ਆਪਾਂ ਡਿਜ਼ਾਈਨ ਸ਼ੁਰੂ ਸਿੱਧੇ ਪਾਸੇ ਤੋਂ ਇਹ ਹੈਗੀ ਪਹਿਲੀ ਸਲਾਈ ਪਹਿਲਾ ਗੁੰਡਾ ਚਾਹੇ ਤੁਸੀਂ ਬੁਣ ਲੋ ਚਾਹੇ ਬਿਨਾ ਬੁਣੇ ਉਤਾਰ ਲੋ ਤੁਹਾਡੀ ਮਰਜ਼ੀ ਆ ਉਸ ਤੋਂ ਬਾਅਦ ਆਪਾਂ ਤਿੰਨ ਗੁੰਡੇ ਸਿੱਧੇ ਇੱਕ ਗੁੰਡਾ ਉਲਟਾ ਫਿਰ ਧਾਗਾ ਪਿੱਛੇ ਕਰ ਲੈਣਾ ਤਿੰਨ ਗੁੰਡੇ ਸਿੱਧੇ ਇੱਕ ਗੁੰਡਾ ਉਲਟਾ ਇਹੀ ਆਪਾਂ ਚਾਰ ਕੁੰਡਿਆਂ ਨੂੰ ਵਾਰ-ਵਾਰ ਰਿਪੀਟ ਕਰਨਾ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਪਾਉਣੀ ਆ ਤਿੰਨ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਲਾਸਟ ਤੇ ਆਪਣੇ ਆ ਜਾਣਗੇ ਚਾਰ ਕੁੰਡੇ ਸ਼ੁਰੂ ਦੇ ਵਿੱਚ ਵੀ ਮੈਂ ਚਾਰ ਕੁੰਡੇ ਰੱਖਿਆ ਸਿੱਧੇ ਔਰ ਲਾਸਟ ਦੇ ਵਿੱਚ ਵੀ ਹੁਣ ਆਗੇ ਆਪਾਂ ਦੂਜੀ ਸਲਾਈ ਤੇ ਜਿਹੜੇ ਗੁੰਡੇ ਆਪਾਂ ਉਧਰ ਉਲਟੇ ਬਣਾਏ ਆ ਉਹ ਇੱਧਰ ਸਿੱਧੇ ਬਣਨਗੇ ਔਰ ਜਿਹੜੇ ਸਿੱਧੇ ਬਣਾਏ ਆ ਤਿੰਨ ਗੁੰਡੇ ਉਹ ਇੱਧਰ ਉਲਟੇ ਬਣ ਜਾਣਗੇ ਚਾਰ ਗੁੰਡੇ ਉਲਟੇ ਪਹਿਲਾਂ ਫਿਰ ਇੱਕ ਗੁੰਡਾ ਸਿੱਧਾ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਪਾਉਣੀ ਆ

ਹੁਣ ਆਗੇ ਜੀ ਆਪਾਂ ਤੀਜੀ ਸਲਾਈ ਤੇ ਦੋ ਸਲਾਈਆਂ ਬਣ ਗਈਆਂ ਇਹ ਆਪਣੀਆਂ ਪਹਿਲਾ ਗੁੰਡਾ ਆਪਾਂ ਸਿੱਧਾ ਬਣਾ ਲੈਣਾ ਉਸ ਤੋਂ ਬਾਅਦ ਜਿਹੜੇ ਆਹ ਵਾਲੇ ਤਿੰਨ ਗੁੰਡੇ ਆ ਡਿਜ਼ਾਈਨ ਵਾਲੇ ਆ ਇਹ ਆਪਣੇ ਇਹ ਆਪਾਂ ਦੋ ਗੁੰਡੇ ਤਾਂ ਸਿੱਧੇ ਬਣਾ ਲੈਣੇ ਨੇ ਇਹਦੇ 'ਚ ਇਸ ਤਰ੍ਹਾਂ ਫਿਰ ਇਸ ਤਰ੍ਹਾਂ ਧਾਗੇ ਧਾਗੇ ਦਾ ਵਲ ਮਾਰ ਲੈਣਾ ਸਲਾਈ ਦੇ ਉੱਪਰ ਦੀ ਔਰ ਜਿਹੜਾ ਤੀਜਾ ਕੁੰਡਾ ਇਹਨੂੰ ਬਿਨਾ ਮੁਨੇ ਉਤਾਰ ਲੈਣਾ ਫੇਰ ਧਾਗਾ ਆਪਣੇ ਵੱਲ ਕਰ ਲੈਣਾ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰ ਲੈਣਾ ਦੋ ਕੁੰਡੇ ਸਿੱਧੇ ਸਲਾਈ ਦੇ ਉੱਪਰ ਇਸ ਤਰ੍ਹਾਂ ਵਾਲ ਮਾਰਨਾ ਔਰ ਇੱਕ ਕੁੰਡਾ ਬਿਨਾ ਮੁਨੇ ਉਤਾਰ ਲੈਣਾ ਫੇਰ ਧਾਗਾ ਆਪਣੇ ਵੱਲ ਕਰ ਲੈਣਾ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਇਸ ਤਰ੍ਹਾਂ ਸਲਾਈ ਦੇ ਉੱਪਰ ਉੱਪਰ ਵਾਲ ਮਾਰ ਲੈਣਾ ਇੱਕ ਕੁੰਡਾ ਬਿਨਾ ਬੁਨੇ ਉਤਾਰ ਲੈਣਾ ਫਿਰ ਧਾਗਾ ਆਪਣੇ ਵੱਲ ਕਰਕੇ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇਸ ਤਰ੍ਹਾਂ ਵਲ ਮਾਰਨਾ ਸਲਾਈ ਦੇ ਉੱਪਰ ਫਿਰ ਇਹਨੂੰ ਬਿਨਾ ਬੁਨੇ ਉਤਾਰ ਲੈਣਾ ਫਿਰ ਧਾਗਾ ਆਪਣੇ ਵੱਲ ਕਰਕੇ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇਸ ਤਰ੍ਹਾਂ ਵਲ ਮਾਰ ਲੈਣਾ ਔਰ ਆਹ ਵਾਲੇ ਕੁੰਡੇ ਨੂੰ ਬਿਨਾ ਬੁਨੇ ਉਤਾਰ ਕੇ ਲਾਸਟ ਵਾਲਾ ਕੁੰਡਾ ਸਿੱਧਾ ਬੁਣ ਲੈ ਇਸ ਤਰ੍ਹਾਂ ਇਹਦੇ ਵਿੱਚ ਆਪਣਾ ਇੱਕ ਇੱਕ ਕੁੰਡਾ ਹੁਣ ਵੱਧ ਗਿਆ ਹੁਣ ਆਗੇ ਜੀ ਆਪਾਂ ਚੌਥੀ ਸਲਾਈ ਤੇ ਬੈਕ ਸਾਈਡ ਇਸ ਤਰ੍ਹਾਂ ਪਹਿਲਾ ਕੁੰਡਾ ਆਪਾਂ ਉਲਟਾ ਬੁਣ ਲੈਣਾ ਉਸ ਤੋਂ ਬਾਅਦ ਜਿਹੜੇ ਆਪਾਂ ਕੁੰਡਾ ਬਿਨਾਂ ਬੁਣੇ ਉਤਾਰਿਆ ਤੇ ਇੱਕ ਆ ਵਲ ਮਾਰਿਆਗਾ ਇਹਨਾਂ ਨੂੰ ਇਸ ਤਰ੍ਹਾਂ ਬਿਨਾਂ ਬੁਣੇ ਉਤਾਰ ਲੈਣਾ ਦੋਨਾਂ ਨੂੰ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰ ਲੈਣਾ ਜਿਹੜਾ ਉਧਰ ਇੱਕ ਕੁੰਡਾ ਪਲਟਾ ਬਣਾਇਆ ਉਹ ਸਿੱਧਾ ਹੀ ਬਣੀ ਜਾਣਾ ਇੱਧਰ ਇਸ ਤਰ੍ਹਾਂ ਫਿਰ ਧਾਗਾ ਆਪਣੇ ਵੱਲ ਕਰ ਲੈਣਾ ਬਿਨਾ ਬੁਣੇ ਜਿਹੜਾ ਕੁੰਡਾ ਉਤਾਰਿਆ ਉਹ ਤੇ ਇੱਕ ਜਿਹੜਾ ਆਪਾਂ ਵਾਲ ਮਾਰਿਆ ਇਹਨਾਂ ਨੂੰ ਆਪਾਂ ਇੱਧਰ ਵੀ ਇਸੇ ਤਰ੍ਹਾਂ ਬਿਨਾ ਬੁਣੇ ਹੀ ਰੱਖਣਾ ਫਿਰ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਕਰਕੇ ਆਹ ਵਾਲੇ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਬਿਨਾ ਬੁਣੇ ਉਤਾਰ ਲੈਣਾ ਦੋ ਕੁੰਡੇ ਉਲਟੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਫਿਰ ਆਪਣੇ ਵੱਲ ਕਰਕੇ ਇਹ ਇਹਨਾਂ ਨੂੰ ਇਸ ਤਰ੍ਹਾਂ ਬਿਨਾ ਬੁਣੇ ਉਤਾਰ ਲੈਣਾ ਔਰ ਦੂਜੇ ਦੋ ਕੁੰਡਿਆਂ ਨੂੰ ਆਪਾਂ ਉਲਟੇ ਬੰਦੇਣਾ ਸਾਰੀ ਸਲਾਈ ਆਪਣੀ ਇਸੇ ਤਰ੍ਹਾਂ ਹੀ ਬਣਨੀ ਆ ਐਸ ਤਰ੍ਹਾਂ ਦੋ ਕੁੰਡੇ ਉਲਟੇ ਔਰ ਲਾਸਟ ਵਾਲੇ ਕੁੰਡੇ ਨੂੰ ਵੀ ਆਪਾਂ ਉਲਟਾ ਹੀ ਬੁਣ ਲਿਆਂਗੇ ਚਾਰ ਸਲਾਈਆਂ ਬਣ ਗਈਆਂ ਆਪਣੀਆਂ ਪੰਜਵੀਂ ਸਲਾਈਆ ਡਿਜ਼ਾਈਨ ਦੀ ਪਹਿਲਾ ਕੁੰਡਾ ਉਸੇ ਤਰ੍ਹਾਂ ਸਿੱਧਾ ਬੁਣ ਲੈਣਾ ਹੁਣ ਆ ਜਿਹੜੇ ਆਪਣੇ ਡਿਜ਼ਾਈਨ ਵਾਲੇ ਕੁੰਡੇ ਸੀਗੇ ਤਿੰਨ ਇਹ ਆਪਾਂ ਇੱਥੇ ਵਲ ਮਾਰ ਲਿਆ ਸੀ ਇਹ ਆਪਣੇ ਹੋ ਗਏ ਸੀ ਚਾਰ ਕੁੰਡੇ ਆ ਜਿਹੜੇ ਪਿਛਲੇ ਦੋ ਕੁੰਡੇ ਨੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਅੱਗੇ ਲਿਆਉਣਾ ਔਰ ਅੱਗੇ ਵਾਲਿਆਂ ਨੂੰ ਪਿੱਛੇ ਲੈ ਜਾਣਾ ਇਹ ਐਸਟਰਾ ਤੇ ਇਹ ਦੋ ਦਾ ਇੱਕ ਇਦਾਂ ਹੀ ਕਰ ਦੇਣਾ ਇਸ ਤਰ੍ਹਾਂ ਤੇ ਆਹ ਵਾਲੇ ਜਿਹੜੇ ਦੋ ਕੁੰਡੇ ਇਹਨਾਂ ਨੂੰ ਸਿੱਧੇ ਬਣ ਦੇਣਾ ਇਹ ਆਪਣੇ ਤਿੰਨ ਦੇ ਤਿੰਨ ਕੁੰਡੇ ਰਹਿ ਗਏ ਹੁਣ ਇੱਥੇ ਫੇਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰ ਲੈਣਾ ਆਹ ਜਿਹੜਾ ਵਾਲ ਮਾਰਿਆ ਕੁੰਡਾ ਸੀਗਾ ਇਹਨਾਂ ਨੂੰ ਆਪਾਂ ਦੋ ਕੁੰਡਿਆਂ ਨੂੰ ਅੱਗੇ ਲਿਆਉਣਾ ਔਰ ਆਹ ਵਾਲਿਆਂ ਨੂੰ ਪਿੱਛੇ ਲੈ ਜਾਣਾ ਤੇ ਇਹਨਾਂ ਨੂੰ ਆਪਾਂ ਇਸੇ ਤਰ੍ਹਾਂ ਸਲਾਈ ਤੇ ਚੜਾ ਕੇ ਦੋਹਾਂ ਦਾ ਇੱਕ ਕਰ ਦੇਣਾ ਇਕੱਠੇ ਹੀ ਬੁਣ ਦੇਣਾ ਐਦਾਂ ਤੇ ਆਹ ਦੋ ਕੁੰਡੇ ਸਿੱਧੇ ਫਿਰ ਧਾਗਾ ਆਪਣੇ ਵੱਲ ਕਰ ਲੈਣਾ ਇੱਕ ਕੁੰਡਾ ਉਲਟਾ ਇਹ ਕੁੰਡਿਆਂ ਨੂੰ ਇਸ ਤਰ੍ਹਾਂ ਆਪਾਂ ਪਿੱਛੇ ਲੈ ਜਾਣਾ ਤੇ ਇਹ ਕੁੰਡਿਆਂ ਨੂੰ ਦੋ ਨੂੰ ਆਪਾਂ ਜਿਹੜੇ ਅੱਗੇ ਲਿਆਂਦੇ ਦੋਹਾਂ ਦਾ ਇੱਕ ਕਰ ਦੇਣਾ ਐਸਟਰਾ ਤੇ ਦੋ ਗੁੰਡੇ ਆਪਣੇ ਫੇਰ ਹੋਵੇਂ ਸਿੱਧੇ ਇਹ ਆਪਣੇ ਤਿੰਨ ਦੇ ਤਿੰਨ ਗੁੰਡੇ ਰਹਿ ਗਏ ਫੇਰ ਧਾਗਾ ਪਿੱਛੇ ਐਸਟਰਾ ਸਾਰੀ ਸਲਾਈ ਆਪਾਂ ਉਸੇ ਤਰ੍ਹਾਂ ਹੀ ਪਾਉਣੀ ਹੈ ਲਾਸਟ ਵਾਲਾ ਗੁੰਡਾ ਸਿੱਧਾ ਹੁਣ ਆਗੇ ਜੀ ਆਪਾਂ 6ਵੀਂ ਸਲਾਈ ਤੇ ਬੈਕ ਸਾਈਡ ਪਹਿਲਾ ਗੁੰਡਾ ਆਪਾਂ ਉਵੇਂ ਹੀ ਉਲਟਾ ਬੋਨ ਲੈਣਾ ਇਸ ਤਰ੍ਹਾਂ ਉਸ ਤੋਂ ਬਾਅਦ ਜਿਹੜੇ ਆ ਆਪਣੇ ਤਿੰਨ ਗੁੰਡੇ ਨੇ ਆ ਵਾਲੇ ਜਿਹੜੇ ਆਪਣੇ ਤਿੰਨ ਗੁੰਡੇ ਨੇ ਆ ਜਿਹੜਾ ਤੀਜਾ ਗੁੰਡਾ ਇਹਨੂੰ ਆਪਾਂ ਐਦਾਂ ਪਿੱਛੋਂ ਦੀ ਸਲਾਈ ਪਾ ਕੇ ਆ ਦੋ ਕੁੰਡਿਆਂ ਨੂੰ ਪਿੱਛੇ ਲੈ ਜਾਣਾ ਤੇ ਇਹਨੂੰ ਅੱਗੇ ਲਿਆ ਕੇ ਉਲਟਾ ਬਣਾਉਣਾ ਇਦਾਂ ਦੋ 10 ਤਾਂਗਾ ਪਿੱਛੇ ਕਰਕੇ ਇੱਕ ਕੁੰਡਾ ਆਪਣਾ ਉਹ ਜਿਹੜਾ ਉਧਰ ਉਲਟਾ ਬਣਿਆ ਉਹ ਇਧਰ ਸਿੱਧਾ ਹੀ ਬਣੀ ਜਾਣਾ ਸਾਰੀਆਂ ਸਲਾਈਆਂ 'ਚ ਇਸ ਤਰ੍ਹਾਂ লাষ্ট কুডেন আন উল্টা ਲਾਸਟ ਵਾਲਾ ਕੁੰਡਾ ਵੀ ਆਪਾਂ ਇਸ ਤਰ੍ਹਾਂ ਵੋਲਟਾਈ ਮੋਨ ਲੈਣਾ ਇਹ ਆਪਣੀਆਂ 6 ਸਲਾਈਆਂ ਕੰਪਲੀਟ ਹੋ ਗਈਆਂ ਇਹਹੀ 6 ਸਲਾਈਆਂ ਨੂੰ ਆਪਾਂ ਵਾਰ-ਵਾਰ ਰਿਪੀਟ ਕਰਾਂਗੇ ਤੇ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਦਾ ਬਿਲਕੁਲ ਰੈਡੀमेड ਕੋਟੀ ਜੈਕਟ ਵਰਗਾ ਡਿਜ਼ਾਈਨ ਆ ਉਮੀਦ ਆ ਤੁਸੀਂ ਜਰੂਰ ਪਸੰਦ ਕਰੋਗੇ ਜੇਕਰ ਤੁਹਾਨੂੰ ਡਿਜ਼ਾਈਨ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਚਲੋ ਜੀ ਮਿਲਦੇ ਆ ਇੱਕ ਅਗਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ